मैं आप ही पूछी जाऊंगा थानू थोड़ू टैक ही नहीं कहो ना मैं वै कहो सत श्रीकाल बीरे सत श्रीकाल जी की हाल है जी ठीक है जी बीरे थोड़े दो कंबाइना दे ना समाने तो आके एम एस एन की टीम ने एस एम एस लाए ने थोनू इन्हों का काम कैसा लग गया बहुत वधिया जी एक नंबर काम है हाँ जी कोई सानू तो ये कोई कमी लगी नहीं कल एक मशीन चलाई है एक असीं अज चलावांगे हाँ जी ते बहुत वधिया चल रहा है हाँ ना कोई जोर लगता है ना कोई धड़कता है हाँ ना वाइब्रेशन करता है हाँ जी बहुत ही वधिया चल रहा है मशीन चला के देखी सी थोने कल है कल चलाई है जी मूंगी ते अपना रूलर मेन चीज हुंदी है साडी मतलब शावट कदे भी तुसी कढ के बदल सकते हो लाइफ टाइम दे विच ठीक है जी ये रिपेयर हुंदा रूला दूजा आदर कंपनियां दा कोई रिपेयर नहीं हुंदा एसएमएस सिर्फ एम एस एन दी रिपेयर कर सकते हो दूजा मतलब रिजेक्ट करना पैंदा है जी इहदे पूरी शावट है हाँ जी इहदे पूरी शावट है करतार मशीन की शावट है चाहे मलकीत की ओल्ड मॉडल ले लो ठीक है थ्रैशर की शावट पैंदी करी हुई है ठीक है ते इहनूं जदों मर्जी कढ के बदल सकते हो कई बार सीटां डाउन हो जांदियां ने उहनां दा रूला रिजेक्ट हो जांदा है जिहड़े कंपनियां दे फिर मान लो जिहड़ा इह शावट है शावट दी तां रिपेयर हो जांदी है इस चीज़ दा तां फर्क तां हाँ जी हाँ जी फिर ਤੁਸੀਂ ਇਹ ਕਾਰੇ ਵਾਸਤੇ ਲਵਾਉਨੇ ਜੀ ਕੀ ਮਤਲਬ ਆ ਤੁਹਾਡਾ ਇੱਥੇ ਲਵਾਉਣ ਦਾ ਜੀ ਇੱਥੇ ਸਾਡੇ ਪਹਿਲਾਂ ਤਾਂ ਕੋਈ ਮੰਗ ਹੈ ਨਹੀਂ ਸੀਗੀ ਹੁਣ ਸਾਡੇ ਮੰਗ ਕਰਦੇ ਆ ਕਿ ਗੁਵਾਰੇ ਤੇ ਮੂੰਗੀ ਤੇ ਹਾਂਜੀ ਇਹ ਚੀਜ਼ ਜ਼ਰੂਰੀ ਹੋ ਗਈ ਅੱਛਾ ਜੀ ਕਿਉਂਕਿ ਇਹ ਬਰੀਕ ਕਰਕੇ ਕਚਰਾ ਜਿਹੜਾ ਹਾਂਜੀ ਜ਼ਮੀਨਦਾਰ ਨੂੰ ਵਾਉਣਾ ਹਾਂਜੀ ਸੌਖਾ ਰਹਿੰਦਾ ਹੈ ਅੱਛਾ ਜੀ ਵਾਹ ਘੱਟ ਪਾਉਣੀ ਪੈਂਦੀ ਇੱਕ ਵਾਹ ਨਾਲ ਬਣ ਜਾਂਦਾ ਵਾਹਣ ਨਹੀਂ ਤਾਂ ਦੋ ਤਿੰਨ ਵਾਹ ਪਾਉਣੀਆਂ ਪੈਂਦੀਆਂ ਇੱਕ ਤਾਂ ਜਿਹੜੀ ਲਿੱਤ ਸਿੱਟ ਦਿੰਦੀ ਹੈ ਮਸ਼ੀਨ ਹਾਂਜੀ ਉਹਦਾ ਮੁੱਕੇ ਲਗਾਉਣਾ ਔਖਾ ਹੋ ਜਾਂਦਾ ਖਿਲਿਆਰ ਨਾਲ ਹਾਂਜੀ ਹਾਂਜੀ ਸਾਰਾ ਖਿਲਿਆਰ ਕੇ ਬਰੀਕ ਕਰਕੇ ਹਾਂਜੀ ਸਿੱਟ ਦਿੰਦਾ ਤਾਂ ਜ਼ਮੀਨਦਾਰ ਨੂੰ ਵਾਹ ਦੇ ਵਿੱਚ ਫਾਇਦਾ ਹੋ ਜਾਂਦਾ ਹੈ ਅੱਗ ਨਹੀਂ ਲਾਉਂਦੇ ਜੀ ਇੱਥੇ ਨਹੀਂ ਜੀ ਅੱਗ ਲੱਗਦੀ ਨਹੀਂ ਇਹ ਕਚਰੇ ਨੂੰ ਇਹ ਥੋੜਾ ਜਿਹਾ ਨਾ ਸੁੱਕਦਾ ਨਹੀਂਗਾ ਹਰਾ ਹੁੰਦਾ ਹੈ ਅੱਛਾ ਜੀ ਅੱਛਾ ਨਾ ਜਿਹੜਾ ਅੱਛਾ ਜੀ ਗਵਾਰ ਇੱਧਰ ਵੈਸੇ ਵੀ ਨਹੀਂ ਪਸੰਦ ਕਰਦੇ ਅੱਗ ਲਾਉਣਾ ਹੈ ਨਹੀਂ ਜੀ ਨਹੀਂ ਨਹੀਂ ਦੇਖੋ ਖਾਤ ਵੀ ਤਾਂ ਬਣਾਉਣੀ ਹੈ ਅੱਜਕੱਲ ਜੇ ਮੰਨ ਲਓ ਜ਼ਮੀਨਦਾਰ ਗਵਾਰ ਨੂੰ ਬੀਜਦਾ ਹੀ ਖਾਤ ਵਾਸਤੇ ਤੇ ਜੇ ਅੱਗ ਹੀ ਲਾਤੀ ਤਾਂ ਫਿਰ ਖਾਤ ਆ ਫਿਰ ਖਾਤ ਤਾਂ ਬੇਕਾਰ ਹੋ ਗਈ ਨਾ ਉਹਦੀ ਹਾਂ ਉਹ ਤਾਂ ਫਿਰ ਬੇਕਾਰ ਜੇ ਖਾਤ ਤਾਂ ਨਾ ਹਰੇਕ ਫਸਲ ਦੀ ਬਣਦੀ ਹੈ ਜੇ ਆਪਾਂ ਕਹੀਏ ਨਾ ਜੇ ਪਰਾਲੀ ਨੂੰ ਵਿੱਚ ਇਸ ਤਰ੍ਹਾਂ ਕੁੱਟਦੀ ਹੈ ਸਾਡੇ ਪੰਜਾਬ 'ਚ ਵੀ ਉਹ ਕਰਦੇ ਨੇ ਇਹਨੂੰ ਐਸ ਐਮ ਐਸ ਨੂੰ ਲਾਈਕ ਕਰਦੇ ਨੇ ਬਹੁਤ ਜਣੇ ਇਹ ਨਹੀਂ ਹੈਗਾ ਵੀ ਸਾਰਾ ਪੰਜਾਬ ਪਾਗਲ ਹੈ ਕੁਛ ਮਤਲਬ ਅਨਸਰ ਨੇ ਜਿਹੜੇ ਮਤਲਬ ਜਲਦੀ ਕਰਦੇ ਨੇ ਕਈ ਵਾਰੀ ਝੋਨੇ ਲੇਟ ਫਿੱਟ ਹੁੰਦੇ ਨੇ ਉਹਨਾਂ ਦੇ ਉਹ ਬੰਦੇ ਅੱਗ ਲਾਉਂਦੇ ਨੇ ਪਤਾ ਨਹੀਂ ਕਾਹਤੋਂ ਮਜਬੂਰੀ ਆ ਉਹਨਾਂ ਦੀ ਕੀ ਆ ਅਸੀਂ ਤਾਂ ਕਹਿ ਨਹੀਂ ਸਕਦੇ ਫਿਰ ਇਹ ਗੱਲ ਪਰ ਬਹੁਤ ਸਾਰੇ ਬੰਦੇ ਹੁਣ ਅੱਗ ਲਾਉਣੀ ਪਸੰਦ ਨਹੀਂ ਕਰਦੇ ਹੈਗੇ ਵਿੱਚ ਮਤਲਬ ਪਲਟਾਵਾਂ ਹਲ ਲਾ ਕੇ ਨਾ ਦੂਜੀ ਫਸਲ ਬੀਜਦੇ ਨੇ ਅੱਗ ਲਾਉਣੀ ਤਾਂ ਗਲਤ ਹੈ ਜੀ ਮਤਲਬ ਹਾਂ ਜੀ ਜ਼ਮੀਨਦਾਰ ਵਾਸਤੇ ਬਹੁਤ ਤਾਂ ਗਲਤ ਹੈ ਜੀ ਖਾਦ ਤਾਂ ਬਣਦੀ ਹੈ ਹਰੇਕ ਫਸਲ ਦੀ ਹਰੇਕ ਹਾਂ ਜੀ ਜਿਹੜੇ ਕਚਰਾ ਵਿੱਚ ਦਬੂਗਾ ਹਾਂ ਜੀ ਉਹਦੀ ਖਾਦ ਤਾਂ ਬਣੂਗੀ ਹਾਂ ਜੀ ਹਾਂ ਜੀ ਇਹ ਤਾਂ ਤੁਸੀਂ ਦੂਸਰੇ ਲੋਕਾਂ ਨੂੰ ਕੀ ਮੈਸੇਜ ਦਿੰਦੇ ਹੋ ਜੀ ਇਹਦਾ ਮੈਂ ਤਾਂ ਇਹੀ ਕਹਿੰਦਾ ਜੀ ਮੰਨ ਲਓ ਵੀ ਸਾਨੂੰ ਤਾਂ ਇਹਨਾਂ ਦਾ ਕੰਮ ਬਹੁਤ ਵਧੀਆ ਲੱਗਿਆ ਜੀ ਬਾਬਾ ਜੀ ਦਾ ਹਾਂ ਜੀ ਨਾਭੇ ਤੋਂ ਆਏ ਹੈਗੇ ਨਾਭੇ ਦੇ ਨਾਲ ਸਮਾਣੇ ਤੋਂ ਜੀ ਸਮਾਣਾ ਹਾਂ ਜੀ ਸਮਾਣੇ ਤੋਂ ਆਏ ਹੈਗੇ ਹਾਂ ਜੀ ਸਾਡੇ ਕੋਲ ਤਾਂ ਇਹਨਾਂ ਦਾ ਐਡਰੈਸ ਮਿਲਿਆ ਸੀ ਸਾਨੂੰ ਸਹਿਜੀਪੁਰੇ ਤੋਂ ਹਾਂਜੀ ਹਾਂਜੀ ਸਹਿਜੀਪੁਰੇ ਤੁਹਾਡੇ ਐਸਐਮਐਸ ਲੱਗੇ ਹੋਏ ਸੀਗੇ ਉੱਥੋਂ ਵੇਖ ਕੇ ਅਸੀਂ ਲਵਾਇਆ ਹਾਂਜੀ ਤੇ ਸਾਨੂੰ ਕੰਮ ਬਹੁਤ ਵਧੀਆ ਲੱਗੇ ਬਾਬਾ ਜੀ ਹਾਂਜੀ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਠੀਕ ਹੈ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ